ਉਹਨਾਂ ਨੂੰ ਮੇਟਾਂ ਨੂੰ ਬੁਲਾ ਕੇ ਮੈਂ ਉਹਨਾਂ ਨੂੰ ਵਾਰਡ ਵਾਈਜ਼ ਡਿਊਟੀ ਲਾਈ ਸੀ ਵੀ ਤੁਹਾਡੀ ਡਿਊਟੀ ਰਮੇਸ਼ ਕੁਮਾਰ ਦੀ ਨਾਲੇ 'ਤੇ ਬਣਦੀ ਹੈ, ਪੱਪੂ ਮੇਟ ਦੀ ਵਾੜਾਂ 'ਚ ਬਣਦੀ ਹੈ। ਇਹਨਾਂ ਨੂੰ ਵਾਰਡ ਵੰਡੇ ਗਏ ਸੀ, ਠੀਕ ਹੈ ਜੀ। ਅਤੇ ਵਾਰਡ ਵੰਡੇ ਦੇ ਬਾਅਦ ਜਦੋਂ ਮੈਂ ਰਾਜਕੁਮਾਰ ਨੂੰ ਕਿਹਾ ਕਿ ਤੂੰ ਜਿਹੜੇ ਕਿ 8 ਬੰਦੇ 6 ਬੰਦੇ 2 ਬੰਦੇ ਤੂੰ ਦੇ 2 ਬੰਦੇ ਫਲਾਣੇ ਲੈ ਕੇ 8 ਬੰਦਿਆਂ ਦੀ ਇੱਕ ਟੀਮ ਵੱਖਰੀ ਬਣਾਈ ਜਾਣੀ ਹੈ, ਈ ਓ ਸਾਹਿਬ ਦਾ ਹੁਕਮ ਹੈ, ਉਹ ਦੀ ਸ਼ਹਿਰ ਦੇ ਨਾਲਿਆਂ ਦੀ ਸਫਾਈ ਵਾਸਤੇ। ਉਹਨੇ ਉਸੇ ਵਕਤ ਵੀ ਮੈਨੂੰ ਧਮਕਿਆ ਦਿੱਤੀ ਵੀ ਮੈਂ ਤੈਨੂੰ ਕੋਈ ਬੰਦਾ ਨਹੀਂ ਦੇਣਾ, ਮੇਰੇ ਕੋਲ ਕੋਈ ਬੰਦਾ ਨਹੀਂ। ਕਹਿੰਦਾ ਰਿਹਾ, ਮੈਂ ਕਿਹਾ ਯਾਰ ਇਹ ਕੋਈ ਤੇਰਾ ਮਤਲਬ ਨਹੀਂ ਹੈ ਬੰਦੇ। ਕਹਿੰਦਾ ਤੈਨੂੰ ਮੈਂ ਦੇਖ ਲੂੰਗਾ, ਤੈਨੂੰ ਦੁਪਹਿਰੇ ਦੇਖਦਾ ਜਿਹੜੀ ਤੂੰ ਇਹ ਕੰਮ ਕਰ ਰਿਹਾ, ਤੇਰੇ ਤਾਂ ਨਾ ਕੋਈ ਮੈਂ ਹਮਲਾ ਕਰਾਇਆ ਤਾਂ ਮੈਨੂੰ ਦੱਸੀ। ਅਤੇ ਉਸ ਤੋਂ ਬਾਅਦ ਇੱਕ ਸਾਡੇ ਹੈਗੇ ਆ ਆਪਣੇ ਮੰਗਲ ਜੀ, ਇੱਥੇ ਉਹਦੇ ਜਿਹੜੇ ਕਿ ਹੈਲਪਰ ਦੇ ਤੌਰ 'ਤੇ ਰਾਮੂ ਨਾਲ ਕੰਮ ਕਰ ਰਹੇ ਸੀ ਮੇਰੇ ਨਾਲ, ਉਹਨਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਵੀ ਜਿਹੜਾ ਆਪਣਾ ਇੱਕ ਮੇਰਾ ਮੁਲਾਜ਼ਮ ਹੈਗਾ ਉਹ ਕੀ ਬੋਲਦੇ ਆ ਮੈਂ ਆਪਣਾ ਬਨਾਰਸੀ ਜੀ, ਬਨਾਰਸੀ ਸੀ ਨਾਲ, ਬਨਾਰਸੀ ਨੂੰ ਕਿਹਾ ਵੀ ਇਹਨਾਂ ਦੇ ਫੜ ਕੇ ਇਹਨਾਂ ਨੂੰ ਵਾਲ, ਇਹਨਾਂ ਨੂੰ ਕੁੱਟ, ਇਹਨਾਂ ਨੂੰ ਮਾਰ। ਮੈਂ ਕਿਹਾ ਵੀ ਤੂੰ ਚੰਗਾ ਲੱਗਦਾ ਉਹ ਮੁਲਾਜ਼ਮ ਨੂੰ ਇਹ ਗੱਲ ਕਹਿੰਦੇ ਵੀ ਆਪਦੇ ਅਫਸਰ ਨੂੰ ਹਮਲਾ ਕਰੇ ਉਹਦਾ ਸਿਰ ਫਾੜੇ, ਤੂੰ ਚੰਗਾ ਲੱਗਦਾ? ਕਹਿੰਦਾ ਕੋਈ ਨਹੀਂ, ਹੁਣ ਤਾਂ ਐਂ ਚੱਲੂਗਾ ਕੰਮ, ਤੁਸੀਂ ਸਾਡੇ ਨਾਲ ਧੱਕਾ ਕਰ ਰਹੇ। ਮੈਂ ਕਿਹਾ ਮੈਂ ਤੇਰੇ ਨਾਲ, ਮੈਂ ਤਾਂ ਇੱਕ ਸ਼ਹਿਰ ਵਾਸੀ ਦਾ ਇਹੀ ਗੱਲ ਕਰ ਰਿਹਾ ਵੀ ਮੁਲਾਜ਼ਮ ਲਾ ਕੇ ਸ਼ਹਿਰ ਵਾਸੀ ਦੀ। ਕੱਲ੍ਹ ADC ਸਾਹਿਬ ਦੀ ਵੀ ਚੈਕਿੰਗ ਸੀ ਜੀ, ਅਤੇ ਉਹਨਾਂ ਨੇ ਵੀ ਕਿਹਾ ਵੀ ਸ਼ਹਿਰ ਦੀ ਸਫਾਈ ਵਾਸਤੇ। ਮੈਂ ਸਿਰਫ ਸ਼ਹਿਰ ਦੀ ਸਫਾਈ ਵਾਸਤੇ ਬੰਦੇ ਮੰਗੇ ਸੀ ਉਹਨਾਂ ਨੇ, ਲੇਕਿਨ ਉਹਨਾਂ ਨੇ 5:30 ਵਜੇ ਰਾਜਕੁਮਾਰ ਨੇ, ਸੋਭਰਾਜ ਨੇ ਅਤੇ ਇਹਨੇ ਬਨਾਰਸੀ ਨੇ ਚਲਦੀ ਬੱਸ ਦੇ ਵਿੱਚ ਉੱਥੇ ਪਹੁੰਚੇ ਮੇਰੇ ਕੋਲ ਆ ਕੇ, ਅਤੇ ਇਹਨਾਂ ਨੇ ਮੇਰੇ ਹਮਲਾ ਕੀਤਾ। ਇਹਨਾਂ ਕੋਲ ਹਥਿਆਰ ਸੀ, ਤੇਜ਼ ਹਥਿਆਰ ਜਿਹਦੇ ਨਾਲ ਮੇਰੇ ਉੱਤੇ ਹਮਲਾ ਕੀਤਾ, ਮੈਨੂੰ ਮਾਰਿਆ ਕੁੱਟਿਆ। ਇਹ ਬੱਸ ਸਟੈਂਡ ਦੇ ਵਿੱਚ ਦੀ ਘਟਨਾ ਜੀ। ਮੈਂ ਜਿਵੇਂ ਬੱਸ ਦੇ ਵਿੱਚ ਚੜ੍ਹਿਆ, ਨਾਲ ਦੀ ਨਾਲ ਇਹ ਚਲਦੀ ਬੱਸ ਦੇ ਵਿੱਚ ਆ ਗਏ, ਅਤੇ ਉੱਥੇ ਮੈਨੂੰ ਇੰਨਾ ਜ਼ਿਆਦਾ ਮਾਰਿਆ, 5-6 ਬੰਦੇ 6-7 ਬੰਦੇ ਸੀ ਇਹ, ਮੈਨੂੰ ਨਹੀਂ ਪਤਾ ਲੱਗਿਆ ਕੌਣ ਕੌਣ ਇਹਨਾਂ ਦੇ ਨਾਲ ਹੈ। ਇਹਨਾਂ ਨੇ ਲੱਤਾਂ ਠੁੱਡੇ ਮੇਰੇ ਅੰਦਰ ਪੈਰਾਂ 'ਚ, ਆਹ ਵੇਖੋ ਜੀ ਆਹ ਨਿਸ਼ਾਨ ਵੇਖੋ ਮੇਰੇ, ਇਹਨਾਂ ਨੇ ਖੁਰ 'ਚ ਇੱਧਰ ਮਾਰੀ, ਆਹ ਵੇਖੋ ਜਣਾ ਪਤਾ ਨਹੀਂ ਕੀ ਇਹਨਾਂ ਕੋਲ ਸੀ, ਹਥਿਆਰ ਸੀ ਕੀ ਸੀ ਇਹਨਾਂ ਨੇ, ਜੂ ਮੇਰੇ ਆਹ ਵੇਖੋ ਜੀ। ਮੈਂ ਆਪਦੀ ਜਾਨ ਮਸਾਂ ਬਚਾਈ ਹੈ ਜੀ, ਹੈਂ, ਇਹਨਾਂ ਕੋਲ ਤੇਜ਼ ਹਥਿਆਰ ਸੀ, ਹੋ ਸਕਦਾ ਅੱਜ ਮੇਰੀ ਜਾਨ ਬਿਲਕੁਲ ਖਤਮ ਕਰ ਦੇਣਾ ਸੀ। ਇਹਨਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਮਾਰਨਾ ਅੱਜ ਨਹੀਂ ਤਾਂ ਕੱਲ੍ਹ। ਮੈਨੂੰ ਇੱਕ ਆਮ ਪਬਲਿਕ ਨੇ ਹੀ ਬਚਾਇਆ ਜੀ, ਜਿਹੜੇ ਬੱਸ ਦੇ ਵਿੱਚ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਲੱਤਾਂ ਲੁੱਤਾਂ ਮਾਰ ਕੇ ਥੱਲੇ ਸਿੱਟਿਆ ਚਲਦੀ ਬੱਸ ਤੋਂ। ਉਸ ਤੋਂ ਬਾਅਦ ਮੈਂ ਅਗਲੇ ਸਟੇਸ਼ਨ ਜਾ ਕੇ ਉਤਰਿਆ, ਜਿਹੜੇ ਮੋੜ ਦੇ ਉੱਤੇ ਹੀ, ਉੱਥੇ ਉਤਰ ਕੇ ਮੇਰੇ ਜਿਹੜੇ ਮੁਲਾਜ਼ਮ ਸੀ, ਦੂਜੇ ਜਿਹੜੇ ਮੁਲਾਜ਼ਮ ਪ੍ਰਧਾਨ ਜੀਆਂ ਨੂੰ ਮੈਂ ਫੋਨ ਕੀਤਾ, ਬਿੱਟੂ ਮਿੱਤਲ ਜੀ ਨੂੰ, ਉਹ ਆਏ ਆ, ਮੇਰਾ ਸਟਾਫ ਆਇਆ, ਸਾਰਾ ਸਟਾਫ ਆ ਗਏ, ਉਹਨਾਂ ਨੇ ਮੈਨੂੰ ਲਿਆ ਕੇ ਇੱਥੇ ਐਡਮਿਟ ਕਰਵਾਇਆ ਜੀ। ਉਹਨਾਂ ਤੋਂ ਮੈਨੂੰ ਖਤਰਾ ਅੱਜ ਨਹੀਂ ਤਾਂ ਕੱਲ੍ਹ, ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਜਾਨ ਲੈਣੀ ਹੈ, ਅੱਜ ਨਹੀਂ ਤਾਂ ਤੈਨੂੰ ਮਾਰਨਾ। ਇਹਨਾਂ ਦੇ ਵਿੱਚ 5-4 ਬੰਦੇ ਹੈਗੇ ਜੀ, ਮਾਤਾ ਦੀ ਨੇ ਸਭ ਤੋਂ ਵੱਡਾ, ਜਿਹੜਾ ਕਿ ਹਰ ਵਾਰ ਮੇਰੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਜੀ, ਉਹ ਇਹਨਾਂ ਨੂੰ ਭੜਕਾ ਰਿਹਾ, ਰਾਜਕੁਮਾਰ, ਮਾਤਾ ਦੀਨ, ਸੋਭਰਾਜ, ਇਹ ਬੰਦੇ ਨਾ ਤਾਂ ਸ਼ਹਿਰ ਦੀ ਸਫਾਈ ਹੋਣ ਦਿੰਦੇ ਪਏ, ਔਰ ਨਾ ਹੀ ਇਹਨਾਂ ਨੇ ਪਹਿਲਾਂ ਵੀ ਮੇਰੇ ਤੋਂ ਹਮਲਾ ਕਰਾਇਆ ਸੀ ਜੀ। ਇਸ ਤੋਂ ਪਹਿਲਾਂ ਮੈਂ SHO ਨੂੰ ਸਾਹਿਬ ਨੂੰ ਦਰਖਾਸਤ ਦੇ ਚੁੱਕਿਆ, ਲੇਕਿਨ SHO ਨੇ ਮੇਰੀ ਇੱਕ ਨਹੀਂ ਸੁਣੀ ਜੀ। ਮੈਂ ਵਾਰ ਵਾਰ ਕਹਿ ਰਿਹਾ ਮੇਰੇ 'ਤੇ ਫੇਰ ਹਮਲਾ ਹੋਊਗਾ, ਨਾ SHO ਮੇਰੀ ਕੋਈ ਸੁਣਦਾ ਪਿਆ ਜੀ। ਇਹ ਘਟਨਾ ਜੀ ਕਾਫੀ ਦੇਰ ਤੋਂ ਪਹਿਲਾਂ ਵੀ ਇਹਦੇ 'ਤੇ ਹਮਲਾ ਹੋਇਆ ਸੀ, ਇਹਨਾਂ ਨੇ ਸਾਡੀ ਨੌਲੇਜ 'ਚ ਲਿਆਂਦਾ ਸੀ, ਜੀਓ ਸਾਹਿਬ ਦੀ ਨੌਲੇਜ 'ਚ ਲਿਆਂਦਾ ਸੀ, MLA ਸਾਹਿਬ ਨੂੰ ਵੀ ਦੱਸਿਆ ਸੀ ਲੋਕਲ, ਪਰ ਇਹਨਾਂ ਨੇ ਦਰਖਾਸਤ ਵੀ SHO ਨੂੰ ਦਿੱਤੀ ਸੀ, ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਉਦੋਂ ਬਾਅਦ ਅੱਜ ਇਹਨਾਂ ਨੇ ਡਿਊਟੀਆਂ ਲਾਉਣੀਆਂ ਸੀ, ਜੀਓ ਸਾਹਿਬ ਇਹਨਾਂ ਦੀ ਡਿਊਟੀ ਲੱਗ ਗਈ ਸੀ ਵੀ ਅੱਡੋ ਅੱਡੇ ਵਾੜਾਂ 'ਚ ਕੰਮ ਵੰਡਿਆ ਜਾਵੇ ਮਿੰਟਾਂ ਨੂੰ, ਅਤੇ ਜਿਹੜੇ ਸਫਾਈ ਨਾਲੇ ਦੇ ਸਫਾਈ ਸੇਵਕ ਆ ਉਹਨਾਂ ਨੂੰ ਵੱਖਰਾ ਕੰਮ ਦਿੱਤਾ ਜਾਵੇ। ਇਹਨਾਂ ਨੇ ਅੱਡੋ ਅੱਡੀ ਡਿਊਟੀਆਂ ਲਾਈਆਂ ਸੀ, 3 ਵਜੇ ਦੀ ਗੱਲ ਹੈ, ਸਾਰੇ ਅੱਡੋ ਅੱਡੀ ਕੰਮਾਂ ਨੂੰ ਵੰਡਤਾ ਸੀ, ਵੰਡ ਕੇ ਅਤੇ ਆਪਦੇ ਫ੍ਰੀ ਹੋ ਕੇ ਬੱਸ 'ਤੇ ਬੈਠੇ ਸੀ, ਬੱਸ ਤੋਂ ਇਹ ਆਪਦੇ ਪਿੰਡ ਜਾਂ ਕੋਟਕਪੁਰਾ ਜਾ ਰਹੇ ਸੀ ਘਰ ਵਾਸਤੇ। ਉੱਥੇ 3-4 ਬੰਦਿਆਂ ਨੇ ਮਗਰੋਂ ਹਮਲਾ ਕਰਤਾ, ਬੱਸ ਦੇ ਵਿੱਚ ਇਹਨੂੰ ਕੁੱਟਣ ਲੱਗੇ, ਪਤਾ ਨਹੀਂ ਕਿਹੜੇ ਕਿਹੜੇ ਬੰਦੇ ਸੀਗੇ, ਇਹ ਦੱਸ ਰਹੇ ਆ ਸੈਂਟਰੀ ਸਾਹਿਬ ਵੀ ਆਪਣੇ ਸਫਾਈ ਸੇਵਕਾਂ ਵਿੱਚੋਂ ਹੀ 3-4 ਬੰਦੇ ਸੀਗੇ, ਉਹਨੇ ਕੁੱਟਿਆ ਬੁਰੀ ਤਰ੍ਹਾਂ, ਇਹ ਲੁੱਕ ਕੇ ਇਹਨਾਂ ਨੇ ਜਾਨ ਬਚਾਈ, ਪਬਲਿਕ ਨੇ ਛੁਡਾਇਆ, ਔਰ ਨਾਈ ਦੀ ਦੁਕਾਨ ਆ ਬੱਸ ਸਟੈਂਡ ਦੇ ਉਹਦੇ 'ਚ ਲੁਕੇ, ਉੱਥੇ ਸਾਨੂੰ ਪਤਾ ਲੱਗਿਆ, ਸਾਨੂੰ ਫੋਨ ਕੀਤੇ ਇਹਨਾਂ ਨੇ ਵੀ ਮੇਰੇ 'ਤੇ ਹਮਲਾ ਹੋ ਗਿਆ, ਤੁਸੀਂ ਛੇਤੀ ਆਓ ਪ੍ਰਧਾਨ ਜੀ, ਈਓ ਸਾਹਿਬ ਨੂੰ ਫੋਨ ਕੀਤਾ, MLA ਸਾਹਿਬ ਨੂੰ ਕੀਤਾ। ਅਸੀਂ ਮੌਕੇ 'ਤੇ ਆਏ, ਇੱਥੇ ਹਸਪਤਾਲ ਦੇ ਵਿੱਚ ਕੋਈ ਡਾਕਟਰ ਨਹੀਂ ਮਿਲਿਆ ਸਾਨੂੰ, ਅਸੀਂ 2 ਘੰਟੇ ਤੋਂ ਇੱਥੇ ਖੜ੍ਹੇ ਡਾਕਟਰ ਨੂੰ ਉਡੀਕ ਰਹੇ ਹਾਂ, ਕੋਈ ਡਾਕਟਰ ਨਹੀਂ ਇੱਥੇ, ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਸੀ, ਹੁਣ ਐਂਬੂਲੈਂਸ ਆਈ ਹੈ,
वह भी दो घंटे बाद समालसर तो आई है जी इतों की एंबूलेंस है खराब खड़ी है तो सामने खड़ी आ तो उन्होंने बुरा हाल कुट कुट किया वा जे कल कोई मरीज वह जी हालत में हो इतने दम ही तोड़ जाए डॉक्टर की इन्नी बुरा हाल है बगे बने अस्पताल का ड्यूटी तो नहीं मिली बी मैं तो इन्होंने मेरे फोन लाया सी ते मैं इसे करके उन्होंने पता लेने आया की घटना आई है कौन जख्मी हुआ की घटना दीप अपने नगर कौंसल च लगे हुए ने ते सेंट्री इंस्पेक्टर है उन्हों का फोन आया कहते ऐ करके मेरे नगर कौंसल मुलाजम आ जो सफाई सेवक उन्होंने मेरे से हमला करता मैं तो उन्होंने पता लेना आया हुण तक की कार्रवाई हुई डॉक्टर वालों या पुलिस वालों डॉक्टर वालों तो डॉक्टर इतने है ही नहीं जी हूँ उन्होंने मोगे रेफर किया पुलिस नूं इनफॉर्म किया गया पुलिस नूं इनफॉर्म करता जी एसओ साहब नूं करता जी हुण तक कोई पुलिस मुलाजम नहीं हजे तो कोई नहीं आया जी उन्होंने इनफॉर्म किए 10-15 मिनट हुए जी।